Goody. होश कर उठी होश कर कौन ही इंजेक्शन लाते से इंशाल्लाह आराम आवे से बहुत ही ज्यादा कितना बहरे आराम आवे से इंशाल्लाह जल्दी आराम आवे से डॉक्टर जो की दे रहे बस वो शहर से बात कर पानी चली बदाम तो मैं तुम अस्पताल चाहिए थी डॉक्टर की मैं पे हमें क्या ही देखो सरदार शेर खान
बैंक ने मैं कर्जा की दाम अपने धीरा दे इलाज वास्ते वो इतना सख्त बीमार है कि मैं क्या रसा कर्जा की थेम आ असहाब देवार अच्छा एक जगह घर बैठे आसे दे अच्छा ना बैरे वालेकुम सलाम सरदार साहब हैं से जी सरदार साहब से होन खड़ियान वाला होन कार्ड हिसाब से होन मिले कर से अच्छा जी बड़ी हम कम होए थे दसो सी से बस सरदार साहब वो तो सी होन कार्ड के मिले कर से ये पहले आउन अपॉइंटमेंट वाला मिल गिनो चलो सी सब बड़ी वसीम खारे जिया सरदार शेर खान आखड़े को आखड़े ठीक है सी आदा सरदार शेर खान आखड़े खैर गुजारे की आखड़े सरकार से
ਨਾਲੇ ਇਹ ਆਵੜਾ ਦੇ ਸਹੀ ਸਰਦਾਰ ਸਾਹਿਬ ਤੈ ਨਾ ਇਨਸਾਫੀ ਕੀਤੀ ਏ ਕਰਦਾ ਕਿਉਂ ਨਹੀਂ ਪੁਜਾਇਆ ਇੱਕ ਮਹੀਨੇ ਸੇ ਮਾਲਾ ਦੇ ਦੇ ਸੀ ਇੱਕ ਮਹੀਨੇ ਦੇ ਅੰਦਰ ਬਸ ਕਰਾ ਕੇ ਲਾ ਕੋਈ ਮਿਸ ਕਰ ਖਤ ਹੋ ਜਾਏ ਕੋਈ ਮਹਲਤ ਕਾ ਨਹੀਂ ਕਿਤਨੇ ਮਹੀਨੇ ਗੁਜ਼ਰ ਗਏ ਨਾ ਪੈਸੇ ਪੁਜਾ ਮੇਰੇ ਪੈਸਾ ਦੇ ਚੱਲ ਤੂੰ ਪੈਸਾ ਦੇ ਚੱਲ ਵਾ ਕੋਈ ਮੋਹਲਤ ਨਹੀਂ ਮੇਰਾ ਨਾਮ ਸਰਦਾਰ ਸ਼ੇਰ ਖਾਨ ਹੈ ਕੋਈ ਮਾਫੀ ਕਹਿ ਨਹੀਂ ਪੈਸਾ ਲਿਓ ਚਲ ਕੋਈ ਮੋਹਲਤ ਕਹਿ ਨਹੀਂ ਮੁਨਸ਼ੀ ਇਹਨਾਂ ਕਰਦਾ ਕਿਤਨਾ ਹੈ ਮੁਨਸ਼ੀ ਹਾਂ ਸਹੀ ਇਹਨਾਂ ਕਰਦਾ ਇਹਨਾਂ ਕਰਦਾ ਕਿਤਨਾ ਹੈ ਬੇਦਾਸੀ ਦੇਖਦਾ ਅਸੀਂ 1,70,000 ਹੈ 1,70,000 ਕੋਈ ਮੋਹਲਤ ਕਰੀ ਮਿਹਰਬਾਨੀ ਕਰੋ ਮੁਨਸ਼ੀਆਂ ਨਾਲ ਕਿਆ ਕਰੂੰ ਹੁਣ ਅਸੀਂ ਜਿਹੜਾ ਕੋਈ ਕਰੋ ਨੇ ਕਰੋ ਨੇ ਮੈਂ ਤਾਂ ਇਹਨਾਂ ਨੂੰ ਬਾਹਰ ਦੇ ਫੜਕਾ ਦੀ ਇਹ ਫੜਕਾਈਓ ਫੜਕਾਈਓ ਬਸ 1,70,000 ਹੈ ਇਹਨਾਂ ਨਾਲ ਕਿਆ ਕਰਾਂ ਮੈਂ ਇਹਨਾਂ ਦਾ ਖੂਨ ਪੀ ਬੈਠਾ ਪਾਣੀ ਮਿਲਦਾ ਕਿ ਨਹੀਂ ਖੂਨ ਪੀ ਕਿਆ ਕੀ ਕੁਝ ਕਹਿ ਨਹੀਂ ਸੀ ਕੁਝ ਕਹਿ ਔਰ ਕੋਈ ਤਕਲੀਫ ਕਹਿ ਨਹੀਂ ਸਰਦਾਰ ਸਾਹਿਬ ਮੇਰਾ ਦਿਮਾਗ ਦੇ ਅੰਦਰ ਕੀ ਪਈ ਏ ਕਿਆ ਸਰਦਾਰ ਸਾਹਿਬ ਮੇਰਾ ਭਿਰਾ ਕੁਚਾ ਤੇ ਜੁਲਦੂ ਸਰਦਾਰ ਸਾਹਿਬ ਮੇਰਾ ਭਿਰਾ ਕੁਚਾ ਤੇ ਜੁਲਦੂ ਜਿਹੜਾ ਕਿ ਕਰਦਾ ਨਾ ਸਾਹਿਬ ਭਿਰਾ ਕੇ ਲਾ ਛੁੜਾ ਸੂ ਹਾਂ ਇਹ ਤਰਕੀਬ ਠੀਕ ਏ ਜੀ ਆ ਸੀ ਜੀ ਆ ਹਾਂ ਇਹਦੇ ਭਿਰਾ ਕੋ ਪਕੜ ਕੇ ਲੋੜ ਚੱਲ ਬਾਈ ਨਾ ਟੰਗੋ ਹੁਣ ਸਰਦਾਰ ਸਾਹਿਬ ਕਿਆ ਕਰਾਂ ਉਹਨਾਂ ਦੇ ਨਾਲ ਵਾਹ ਕੋ ਚੰਗਾ ਲੈ ਸਟੋ Thank you.
ਕਿੱਥਾਂ ਸੀ ਤੇਰਾ ਘਰ ਕਿੱਥਾਂ ਮੇਰਾ ਕੋਈ ਘਰ ਕਹਿਣੀ ਜਿਹੜਾ ਹਾਉ ਖਸ ਕਿਦੇ ਨੇ ਘਰ ਹੀ ਖਸ ਕਿਦੇ ਨੇ ਮੈਂ ਕਿਨੂੰ ਸਭ ਕੁਝ ਖਸ ਕਿਦੇ ਨੇ ਮਾਲ ਜਾਇਦਾਦ ਸਾਰਾ ਕੁਝ ਖਸ ਕਿਦੇ ਨੇ ਚਲ ਮੈਂ ਤੈਨੂੰ ਘਰ ਸਰਦਾਰ ਸਾਹਿਬ ਇੱਕ ਗੱਲ ਦੱਸਾਂ ਵੇ ਕਿਉਂ ਸਾਸੀ ਦੱਸੇ ਨਾ ਤੋਂ ਮੈਂ ਹੁੰਦਾ ਪਿਆ ਉਡਾਉਂ ਕੇ ਹਿਲਾ ਸਰਦਾਰ ਸਾਹਿਬ ਗੱਲ ਇਹ ਆਖਣ ਦਾ ਸਭ ਸ਼ਰਮ ਥੀਂਦੇ ਵੱਡੇ ਲੋਕ ਵੇ ਤੁਸਾਂ ਹੁਣ ਤੇ ਊਂ ਦੇਖਿਆ ਸਰਦਾਰ ਸ਼ੇਰ ਖਾਨ ਲੱਗਾ ਵੇ ਗਾਜਾ ਨਾ ਨਹੀਂ ਚੇਜਾ ਜਹਾਂ ਦੇ ਤੇ ਵਧੇ ਜੀ ਉਹ ਬਾਈ ਗਾਈ ਇਹ ਮੈਂ ਤੋਂ ਕਹਿਣਾ ਪਿਆ ਗਾਡਰ ਚੀਆ ਤਾਂ ਉਹ ਪਿੰਡ 'ਚ ਜਹਾਨ ਬਣਵੇ ਦੇ ਨਾ ਗਾਡਰ ਟੀਆਰ ਸਾਰਾ ਕੁਝ ਸਾਰਾ ਟ੍ਰੇਨ ਟਪਾਲੀ ਥੀ ਪੇਸ਼ ਗਾਜਾ ਨਾ ਗਾਜਾ ਨਹੀਂ ਜਿੰਨਾ ਕਿਹਾ ਕਿ ਨਾ ਕਿਉਂ ਸਾਰੇ ਇੰਗਲਿਸ਼ ਦੇ ਵਿੱਚ ਸਭ ਵੱਡੇ ਵੇ ਸਭ ਤੋਂ ਪਤਾ ਘੱਟ ਲੱਗਦੇ ਤੇ ਅਸਾਂ ਪੁਰਾਣੇ ਪੜ੍ਹੇ ਹੋਏ ਸੀ ਇਹ ਜਹਾਂ ਸ਼ਾਦ ਬਣਾਓ ਕੰਜੂਸ ਬਣਦੇ ਜੋ ਕੰਜੂਸ ਹੀ ਖੱਟ ਬਣੇ ਮਨਵਾਨ ਜਹਾਂ ਬਣਵਾ ਤੇ ਕੀ ਕਰੇ ਸੋ ਜਹਾਂ ਤੇ ਪੈਸਾ ਨਹੀਂ ਲੱਗਦਾ ਪੈਸਾ ਨਹੀਂ ਕਰਦਾ ਕੌੜੀ ਲੱਗਦਾ ਤਾਂ ਗਰੀਬ ਜੇ ਛੋ ਸੇ ਕਮੀ ਕਸਬੀ ਜੇ ਛੋ ਸੇ ਅਸਾਂ ਸਰਦਾਰ ਸਾਹਿਬ ਅੱਜ ਪਾਣੀ ਨਾ ਮਾਰਾ ਅੱਛਾ ਚਲ ਮੁੰਸ਼ੀ ਵਾਜ ਫਿਦਾ ਕੋ ਪਾਣੀ ਦਵਾਰਾ ਚਲੇ ਅਸੀਂ ਵੇਂਦਾ ਵੇਂਦਾ ਮੈਂ ਗੱਲ ਹੀ ਮੰਨੀ ਖੜੋ ਹੇੜੇ ਬੈਠੋ ਸ਼ਿਕਾ ਆਪਣੇ ਸਰਦਾਰ ਸਾਹਿਬ ਕੰਮ ਕਰੇ ਕਤਲ ਕਰਾਏ ਪੁਲਿਸ ਚਾਰਾ ਜੀ ਨਹੀਂ ਕਰੇ ਨੀ ਜੀ ਲੰਘਦੇ ਨੀ ਸਰਦਾਰ ਹੀ ਮਾਸੇ ਜਿਆ ਲੇਕਿਨ ਗੱਲ ਇਹ ਨਹੀਂ ਵੀ ਆਪਾਂ ਬਸਤੀਆਂ ਦੇ ਗੋਏ ਚਾਹੀਦਾ ਜੋ ਇਕੱਠ ਕਰਦੇ ਜਰੂਰ ਥਾਣੇ ਦੇ ਸਹੀ ਹੈ ਹੁਣ ਦੁਬਾਰ ਗਰੀਬ ਜਿਹੜਾ ਮਰੀਜ਼ ਗਏ ਸਹੀ ਹੈ ਅਸੀਂ ਮਰੀਜ਼ ਗਏ ਹਾਂ ਬਿਲਕੁਲ ਸੱਚ ਗੱਲ ਕਰਨ ਦੇ ਪਿਓ ਸਹੀ ਤੁਸੀਂ ਬਸਤੀ ਦੇ ਲੋਕ ਤਾਂ ਨਹੀਂ ਆਪਣੇ ਹਮਸਾਏ ਹਨ ਸਹੀ ਹੈ ਆਪਾਂ ਕੁਝ ਚਾਹੀਦਾ ਕਿ ਆਪਣਾ ਵਿਚਾਰਾ ਬਣਦਾ ਕਿ ਹੁਣ ਇਹ ਗਰੀਬ ਮਰੀਜ਼ ਬਣੇ ਉਹ ਪੁੱਛਦਾ ਕੋਈ ਨਹੀਂ ਯਾ ਬਈ ਇੱਕ ਸਾਰੇ ਪੰਚਾਇਤਾਂ ਬਣ ਬੈਠੇ ਸਾਲੇ ਦੀ ਗੱਲ ਕਰ ਸਰਦਾਰ ਕੋਲ ਫਲਕਵਾਤ ਰੱਖ ਸਾਲੇ ਕੋਈ ਗੱਲ ਨਹੀਂ ਮੇਰੇ ਖਲੀ ਤੇ ਹੁਣ ਫਜ਼ਰ ਬਾਬਾ ਅੱਜ ਪ੍ਰੋਗਰਾਮ ਯਾ ਸੀ ਗਲਾ ਕੀ ਗੱਲ ਹੈ ਜੀ ਕੀ ਗੱਲ ਹੈ ਉਹ ਅੱਬਾ ਇਹ ਸਰਦਾਰ ਦਾ ਤੂੰ ਜੋ ਹਾਂ ਵੀ ਬੱਤੀ ਬੰਦੇ ਮਰਾਜ ਸੁਣੀਏ ਸੁਣੋ ਥਾਣੇ ਦੇ ਸਰਦਾਰ ਨਾਲ ਗੱਲ ਕਰੂੰ ਇਹ ਕਿਆ ਵੀ ਫੈਨ ਕੋ ਜੂ ਖੂ ਜੂ ਖੂ ਇਹ ਇਸ ਤੇ ਕੋ ਨਹੀਂ ਜੂ ਖੂ ਮਤਲਬ ਇਸ ਵੀ ਕੋ ਨਹੀਂ ਜੂ ਖੂ ਨਾ ਮੰਨੇ ਤੇ ਦਿੱਤਾਰੀ ਕਰੇ ਜੂ ਖੂ ਸਾਰੇ ਬਸਤੀ ਤਿਆਰ ਹੈ ਜਨਾਬ ਜਿਲੋ ਤਿਆਰੀ ਕਰੋ।
अच्छा मैं वन जाल दे सरदार को कहना तेरे मुझे खड़ूस की बैठ गाली के ना दिखा सरदार साहब तेरा कत्ल की थे ना आप बोला मैं कुदारे को रोला रफड़ाना पाया मुझे कुछ पुलिस से गाल को दी ना ना तू सरदार साहब रासो ना सारा कुछ वाली खातर के रहना बेगरीबी मर दे कुछ नहीं थी ना डीएसपी तक सारी गाल है क्या डीएसपी जो को पैसे खिला दे खवा दे पैसे वो तो बेईमान थी वैसे वो नहीं खाली बैठा पा रहा पैसे तो तू सा कहीं ना मुंह में पैसे मारो बस ठीक है सारा काम सरदार साहब गाल ने सब हरी बस्ती के लोग कट्ठे थे बैठे रखे सब पुलिस के कत्ल करवा सके सरदार साहब जारी गाल का डर हा गया हुआ निकल रही है दसो मेरी गाल गलत निकली है सच मेरे अक्की जुड़े मेरे कुछ और भर तुसा मैं तो कौन आखी में ना अगर मेरे खिलाफ कहीं गाल की थी तो मैं जुबैर दा ते जी वसीम दा चढ़ की तो तेरे हाल वो थी से कोई शाना थी चल भाई कुछ नहीं यार क्या कुछ नहीं यार हम क्या जीती करे थे कुछ की में करूं केड़े वजो कह को आखो ते केड़े वजो Yeah.
उठी 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 कसम दस तबीयत सही है ना कसम ठीक ठीक है थोड़ा जो निशान पै गए तो सिर दे थोड़ा दर्द है ठीक ठीक है गल करते हैं चाह पी सी एक कप जितना बड़ा दियो अच्छा मजदूर क्यों नहीं आया था तो ही पता कह दिया वहां जल्दी करो अच्छा भाई ये वार्ता देख लो मैं उसे नहीं आवा लेट क्यों की थी देर ठीक है ना जल्दी का काम कर रहे जल्दी का तू गारा चावा चल मैं आप देखा थोड़ा थोड़ा पे जल्दी खर्चा
काम पूरा है। अच्छा कोई जरूरत नहीं आली, कोई काम की जरूरत नहीं। मुंशी है कहना डीएसपी ने फोन मिला, एक ने उसी बैल में दी पिए भाई। सलाम वालेकुम सही। वालेकुम अस्सलाम सरदार साहब। डीएसपी साहब क्या हाल है? अल्हम्दुलिल्लाह सरदार साहब, तुसा सुनाओ। अल्लाह का शुक्र है, ठीक ठाक हूँ, बिल्कुल ठीक सेट। किए बिल्कुल सरदार साहब आज जरा कत्ल ठीक गया ना सही? जिया जिया सही। जिया जिया सरदार साहब, हुक्म सी नौकर दा तुरे सही। सरदार साहब तुसा परेशान क्यों थी सही? असा कित वास्ते बैठू? घबराओ, बस्ती वाले चाहे एक ना आवे हजार आखड़े, असा तुरे नाल असा सीर तो बैठे तुरे वास्ते ना से बैठे। अच्छा सी, खुदा हाफिज, सारा ख्याल रखी जो। ठीक है सही, ठीक है सरदार साहब, बड़ा ही मेहरबानी सही, अल्लाह हाफिज।
ਨਾਲ ਆਦਾ ਸੱਚੋ ਯੋ ਮੈਂ ਉਸ ਦੇ ਵੇੜਾ ਨਾ ਨਾ ਮੈਂ ਉਸ ਦੇ ਵੇੜਾ ਕੁਝ ਲੈ ਦੱਸੋ ਵਾ ਮੈਂ ਉਸ ਦੇ ਵੇੜਾ ਕੁਝ ਦੱਸ ਮੇਰਾ ਵੀਰਾ ਦੱਸ ਕੁਝ ਕਹਿਣੀ ਵਾਸ ਦੀ ਦੇਵੋ ਸਦਾ ਜਾ ਚਲਾ ਇਹਦੇ ਜੀ ਨੂੰ ਦੱਸਣਾ ਮੈਂ ਅਲੇ ਅਸੀਂ ਮੇਰਾ ਵੀਰਾ ਕੋ ਸਰਦਾਰ ਸ਼ੇਰ ਖਾਨ ਕਤਲ ਕੀਤਾ ਮੇਰੀ ਮਾਲ ਜਾਇਦਾਦ ਸਭ ਕੁਝ ਤੇ ਕਬਜ਼ਾ ਕਰ ਗਿਆ ਅੱਛਾ ਜੀ ਅਵਲਾ ਸਿੰਘ ਕਿਆ ਸੇ ਰਾਤ ਦਾ ਮੇਰਾ ਵੀਰਾ ਮੇਰੇ ਖਾਬ ਵਿੱਚ ਜੰਮਦੇ ਤੇ ਉਹ ਆਖਦੇ ਮੇਰਾ ਬਦਲਾ ਖੇਲ ਮੇਰਾ ਬਦਲਾ ਖੇਲ ਮੇਰੇ ਕੋ ਇਤਨੀ ਬੇਚੈਨੀ ਥੀ ਉਹਦੀ ਕਿ ਅਗਰ ਤੂੰ ਮੇਰਾ ਸਾਥ ਦੇਵੇਂ ਤਾਂ ਮੈਂ ਤੇਰਾ ਸ਼ੁਕਰ ਗੁਜ਼ਾਰ ਹਾਂ ਤੇਰਾ ਅਹਿਸਾਨ ਮੰਦ ਰਹਾਂ ਕਿਆ ਦਾ ਮੈਂ ਤੇਰਾ ਸਾਥ ਦੇਵਾਂ ਜੀ ਅਸੀਂ ਇਹ ਮਿਹਰਬਾਨੀ ਕਰ ਮੇਰੇ ਨਾਲ ਮੇਰੇ ਨਾਲ ਮੇਰਾ ਸਾਥ ਲੈ ਤੇਰੇ ਅਹਿਸਾਨ ਮੰਦ ਰਹਾਂ ਮੈਂ ਨਾ ਦਾ ਨਾ ਮੈਂ ਸਾਥ ਨਹੀਂ ਦਾ ਉਹ ਅਸਰੇ ਵਾਲੇ ਸਰਦਾਰ ਨਾ ਸਹੁਨੇ ਦਾ ਸਾਥ ਦੇ ਤੂੰ ਤੇਰਾ ਸਾਥ ਕਿਤੋਂ ਲੈਨੂੰ ਨਾ ਦਾ ਨਾ ਤੂੰ ਤੇਰਾ ਸਾਥ ਦੀ ਤੂੰ ਨਾ ਸਕੂ ਮਰਵਾ ਕੇ ਦੇ ਸੇ ਬਾਕੇ ਖਾਨ ਮੇਰਾ ਸਾਥ ਨਾ ਦੇਵਾ ਚਾਹੁੰਦਾ ਹਾਂ ਤਾਂ ਮੈਨੂੰ ਪੁੱਛਾ ਕਿਉਂ ਆਵੇਂ ਮੈਂ ਕਿਆ ਬਤਾ ਦੇ ਯਾ ਗੱਲ ਹੈ
Thank you.
نوازتا ہے جو سب کو وہ دل نواز ہے تو نیاز مند ہیں سب اور بے نیاز ہے تو زمانے بھر کے بناتا ہے سارے بگڑے کام کریم سارے زمانے کا کارساز ہے تو اس شان کرم کا کیا کہنا اس شان کرم کا کیا کہنا در پہ جو سواری آتے ہیں اس شان صدقہ ایک تیری کریمی کا صدقہ وہ من کی مرادیں پاتے ہیں ایک تیری کریمی کا صدقہ وہ من کی مرادیں پاتے ہیں اس شان کرم کا کیا کہنا اس شان کرم کا کیا کہنا اس شان سے تیری خالی نہ رہی رحمت سے تیری دکھ درد کے ماروں کی جھولی دکھ درد کے ماروں کی جھولی کیا تیرا کرم ہے در پہ تیرے کیا تیرا کرم ہے در پہ تیرے بڑھتی ہے ہزاروں کی جھولی شان کرم کا کیا کہنا اس شان مشکل کو تو آسان بنا دیتا ہے مشکل کو تو آسان بنا دیتا ہے ہر گنچے امید کھلا دیتا ہے ہر گنچے امید کھلا دیتا ہے تقدیر سے ہو جائے جو بھائی سے جدا اس بھائی کو بھائی سے ملا دیتا ہے شان کرم کا کیا کہنا اس شان کرم کا کیا کہنا